अजनाला के कस्बा राजा सांसी में बीते दिनों हुई ऑनर किलिंग के मामले में थाना राजा सांसी पुलिस ने 4 व्यक्तियों के खिलाफ मामला दर्ज कर मुख्य दोषी कुलवीर सिंह और उसकी पत्नी को अदालत में पेश कर न्यायिक हिरासत में भेज दिया था, लेकिन 2 आरोपी अभी भी पुलिस की गिरफ्त से बाहर हैं। दोनों आरोपियों की गिरफ्तारी को लेकर मृतक के परिजनों ने राजा सांसी पुलिस थाने के बाहर धरना देकर प्रदर्शन किया और पुलिस प्रशासन पर पैसे लेकर कार्रवाई न करने के आरोप लगाए हैं। ए जी हटा मुंडा मार के ते क्यों दा खात्मा होना चाहिदा, ए ना आप सरकार ने छड़े आ, ए ना 5 लाख दे भुखे सी, ए गुंडी सरकार ਘਰੋਂ ਦਰਬਾਰ ਸਾਹਿਬ ਗਿਆ 12 ਤਰੀਕ ਆ, ਉਦਣ ਇਹਨਾਂ ਨੇ ਮਾਰ ਕੇ ਸੁੱਟ ਦਿੱਤਾ ਆ ਤੇ ਗਾੜੀਆਂ ਮੈਨੂੰ ਧਮਕੀਆਂ ਦੇ ਗਏ ਆ, ਨਾ ਮਾਮੇ ਫੜੇ ਗਏ ਆ, ਇਹਨਾਂ ਨੇ ਪੁਲਿਸ ਨੇ ਛੱਡ ਦਿੱਤਾ ਆ, ਇਹਨਾਂ ਨੇ ਕੋਈ ਮੇਰੀ ਸੁਣਾਈ ਨੀ ਗਰੀਬਣੀ ਦੀ ਕੀਤੀ ਕਿ ਇਹਨਾਂ ਨੇ ਆਪੇ ਜੋ ਛੱਡ ਫੜ ਕੇ ਤੇ ਆਪੇ ਛੱਡਤਾ, ਪਤਾ ਨਹੀਂ ਰਿਸ਼ਵਤ ਲੈ ਕੇ ਇਹਨੇ 5 ਲੱਖ ਲੈ ਕੇ ਛੱਡ ਦਿੱਤਾ ਆ। ਆਹੋ ਸਾਨੂੰ ਗਾੜੀਆਂ ਮੈਨੂੰ ਮਖੌਲ ਮੁੰਡੇ ਜਿਹੜੇ ਛੱਡੇ ਆ ਉਹ ਜਾਂਦੇ ਆ ਤੇ ਮੈਨੂੰ ਗਾੜੀਆਂ ਪੌਂ ਪੌਂ ਕੇ ਵੇਂਦੇ ਆ ਕਿ ਗਾੜੀਆਂ ਚੜਗਿੱਲੀਆਂ ਮਾਰ ਕੇ ਸਵੇਰੇ ਗਏ ਆ। ਸਾਲਾ ਮੈਨੂੰ ਆ ਜਾਂਦੇ ਆਂਦੇ ਮੇਰਾ ਕੀ ਕਰ ਲੋਗੇ ਜੇ ਮੈਂ ਮਾਰ ਦਿੱਤਾ ਤੁਹਾਡਾ ਪੁੱਤ ਮਾਰ ਦਿੱਤਾ ਆ, ਮੈਨੂੰ ਕਿਤੇ ਕੋਈ ਨਹੀਂ ਮੇਰੀ ਪੁਲਿਸ ਨੇ ਸੁਣਾਈ ਕੀ ਸੁਣੀ, ਮੈਨੂੰ ਕੋਈ ਨਹੀਂ ਪੁਲਿਸ ਨੇ ਜਵਾਬ ਦਿੱਤਾ, ਕੋਈ ਨਹੀਂ ਕੁਛ ਦਿੱਤਾ, ਮੈਨੂੰ ਪੁਲਿਸ ਦਾ ਕੋਈ ਨਹੀਂ ਹਲੇ ਹੱਕ ਦਾ ਵਾ, ਮੈਨੂੰ ਜਿੰਨਾ ਤੱਕ ਉਹ ਫੜੇ ਨਹੀਂ ਜਾਂਦੇ ਮੈਨੂੰ ਕੋਈ ਪੁਲਿਸ ਨਾਲ ਕੋਈ ਇਨਸਾਫੀ ਨਹੀਂ ਹੁੰਦੀ। 3-4 ਦਿਨ ਪਹਿਲਾਂ ਅਸੀਂ ਮਰਡਰ ਹੋਇਆ ਸੀ ਮੁੰਡੇ ਦਾ, ਉਸ ਸੰਬੰਧ ਦੇ ਵਿੱਚ ਅੱਜ ਇਹ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਕਿ 2 ਦੋਸ਼ੀ ਹੋਰ ਗ੍ਰਿਫਤਾਰ ਕਰਨ ਵਾਲੇ ਆ। ਉਹਦੇ ਵਿੱਚ 4 ਬੰਦਿਆਂ ਦੇ ਬਾਇਨਾਮ ਐਫ ਏ ਆਰ ਦਰਜ ਹੈ, 2 ਅਰੈਸਟ ਨੇ ਅਤੇ 2 ਦੇ ਅਕੋਰਡਿੰਗ ਜੋ ਇਹ ਕਹਿ ਰਹੇ ਬਣਦੀ ਕਾਰਵਾਈ ਦੇ ਅਕੋਰਡਿੰਗ ਕਰਾਂਗੇ, ਤਫਤੀਸ਼ ਚੱਲ ਰਹੀ ਹੈ, ਬਾਕੀ ਚਾਰਜ ਮੇਰੇ ਦੁਆਰਾ ਲਿਆ ਗਿਆ ਉਸਦਾ ਜੋ ਬਣਦੀ ਕਾਰਵਾਈ ਕੀਤੀ ਜਾਵੇ। थाना प्रभारी मनमीत सिंह ने बताया कि उन्होंने मामला दर्ज कर 2 आरोपियों को न्यायिक हिरासत में भेज दिया है और 2 की छापेमारी की जा रही है। अजनाला सी न्यूज के लिए अमित शर्मा की रिपोर्ट।